ਆਨਲਾਈਨ ਲੁਧਿਆਣਾ ਯੂਟਿਊਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਇਸ ਚੈਨਲ ਦੇ ਜ਼ਰੀਏ ਤੁਹਾਨੂੰ ਵੱਖ ਵੱਖ ਸਮਾਜ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ। ਸ਼ੇਰ ਜਿੰਨਾ ਮਰਜ਼ੀ ਭੁੱਖਾ ਹੋਵੇ ਕਦੇ ਘਾਹ ਨਹੀਂ ਖਾਊਗਾ। ਗੀਤਾਂ ਦੀ ਮਸ਼ੀਨ ਕਰਨ ਔਜਲਾ ਇਹਦਾ ਜਿਹਨੂੰ ਸੱਟਾ ਖਾ ਕੇ ਗੁਜ਼ਾਰਾ ਆਉਂਦਾ ਹੋਵੇ ਨਾ, ਜਿਹਨੂੰ ਸੱਟਾ ਖਾ ਕੇ ਗੁਜ਼ਾਰਾ ਆਉਂਦਾ ਹੋਵੇ ਨਾ, ਉਹਨੂੰ ਦਵਾਈ ਨਹੀਂ ਚੰਗੀ ਲੱਗਦੀ। ਜਿਹਨੂੰ ਸੱਟਾ ਖਾ ਕੇ ਗੁਜ਼ਾਰਾ ਆਉਂਦਾ ਹੋਵੇ ਨਾ, ਉਹਨੂੰ ਦਵਾਈ ਨਹੀਂ ਚੰਗੀ ਲੱਗਦੀ। ਤੇ ਜਿਹੜਾ ਆਪ ਪਕਾਉਣਾ ਗਿਝਰਾ ਹੋਵੇ ਨਾ, ਉਹਨੂੰ ਪੱਕੀ ਪਕਾਈ ਨਹੀਂ ਚੰਗੀ ਲੱਗਦੀ। ਜਿਹਨੂੰ ਸੱਟਾ ਖਾ ਕੇ ਗੁਜ਼ਾਰਾ ਆਉਂਦਾ ਹੋਵੇ ਨਾ, ਉਹਨੂੰ ਦਵਾਈ ਨਹੀਂ ਚੰਗੀ ਲੱਗਦੀ। ਜਿਹੜਾ ਆਪ ਪਕਾਉਣਾ ਗਿਝਰਾ ਹੋਵੇ, ਉਹਨੂੰ ਪੱਕੀ ਪਕਾਈ ਨਹੀਂ ਚੰਗੀ ਲੱਗਦੀ। ਜਿਹਦਾ ਆਪਣਾ ਘਰ ਕੱਚ ਨਾ ਹੋਵੇ, ਉਹ ਕਿਸੇ ਗੈਰੀ ਦੇ ਪੱਥਰ ਮਾਰਨ ਲਈ ਬਾਹ ਨਹੀਂ ਲਾਊਗਾ। ਤੇ ਸ਼ੇਰ ਜਿੰਨਾ ਮਰਜ਼ੀ ਭੁੱਖਾ ਹੋਵੇ ਬੈਠੀ, ਕਦੇ ਘਾਹ ਨਹੀਂ ਖਾਊਗਾ। ਠੇਡਾ ਖਾ ਕੇ ਪਤਾ ਲੱਗਦਾ ਵੀ ਇਹ ਕਿਸੇ ਗੈਰ ਦਾ ਕਿ ਕਿਸੇ ਆਪਣੇ ਦੇ ਦਰ ਵਾਲਾ। ਜੇ ਅੱਜ ਦੇ ਟਾਈਮ 'ਚ ਕਿਸੇ ਬੰਦੇ ਨੂੰ ਕਿਸੇ ਰਾਹ ਜਾਣ ਤੋਂ ਰੋਕੋਗੇ ਤਾਂ ਉਧਰ ਜਾਊਗਾ ਹੀ ਜਾਊਗਾ। ਤੇ ਸ਼ੇਰ ਜਿੰਨਾ ਮਰਜ਼ੀ ਭੁੱਖਾ ਹੋਵੇ ਬਾਈ ਜੀ, ਕਦੇ ਘਾਹ ਨਹੀਂ ਖਾਊਗਾ, ਕਦੇ ਘਾਹ ਨਹੀਂ ਖਾਊਗਾ। ਜਿਹਨੇ ਕੁਝ ਕਰਨਾ ਹੁੰਦਾ ਉਹ ਕਰੀ ਜਾਂਦਾ, ਬੋਲ ਬੋਲ ਕੇ ਸੁਣਾਉਂਦਾ ਨੀ। ਜਿਹੜਾ ਦਿਲ ਦਾ ਹੁੰਦਾ ਸਾਫ਼ ਬਾਈ ਜੀ, ਉਹ ਸਭ ਨੂੰ ਜੱਫੀਆਂ ਪਾਉਂਦਾ ਨੀ। ਚੇਲਾ ਜਿਹਦਾ ਮਰਜ਼ੀ ਸਿੱਖ ਜਾਵੇ ਪਰ ਕਦੇ ਆਪਣੇ ਉਸਤਾਦ ਤੇ ਘਾਹ ਨਹੀਂ ਲਾਊਗਾ। ਤੇ ਸ਼ੇਰ ਜਿੰਨਾ ਮਰਜ਼ੀ ਭੁੱਖਾ ਹੋਵੇ ਬਾਈ ਜੀ, ਦੋਸਤੋ ਤੁਸੀਂ ਦੇਖ ਰਹੇ ਹੋ ਆਨਲਾਈਨ ਲੁਧਿਆਣਾ ਯੂਟਿਊਬ ਚੈਨਲ। ਵਧੇਰੇ ਅਪਡੇਟਸ ਲਈ ਸਬਸਕ੍ਰਾਈਬ ਕਰ ਲਓ ਚੈਨਲ ਆਨਲਾਈਨ ਲੁਧਿਆਣਾ। ਧੰਨਵਾਦ ਦੋਸਤੋ।